चार साल हो चले ने कैसा लीडर है जरा मुल्क और कौम छड़ के नस गया चार साल के बीमार हो जाओ एना जिन्हें बंदे कुरान से हाथ रखाओ उनको मियां साहब मुल्क और कौम का पैसा लुट के लगे ने के नहीं जाओ पूछो कौन हाथ रहा यार नून लीग का वोटर थे भाई कहते हैं कि वो कहते हैं कि ओ यार पागल है खाते हैं लगाते हैं वो किडे के बेवकूफ ने यार इस तरह होता है खांदे ते लगा सारे इधर किसी से बोले कहते हैं लगाया तो लगाते नहीं तो है किथे लाया है वो क्या सड़के बना ओए अरब रुपया ਲੇਦਾ ਤੁਸੀਂ ਯਕੀਨ ਕਰੋਗੇ ਕਰਜ਼ਾ ਉਹ ਕਿੱਥੇ ਲਾਇਆ ਇਹ ਉਹ ਕਿੰਨੇ ਪਾਕਿਸਤਾਨ ਬਣ ਜਾਂਦੇ ਨੇ ਐਨੇ ਪੈਸਿਆਂ ਨਾਲ ਕਈ ਪਾਕਿਸਤਾਨ ਬਣ ਜਾਂਦੇ ਜਿੱਦਾਂ ਮਕਰੂਜ਼ ਹੋ ਗਏ ਆ ਕਿੰਨੇ ਮਕਰੂਜ਼ ਹੋ ਤੁਸੀਂ ਲੱਖੋਂ ਹਰ ਬੱਚਾ ਹਰ ਬੱਚਾ ਜਿਹੜਾ ਪੈਦਾ ਹੁੰਦੇ ਵੀ ਲੱਖ ਕੌਣ ਲੈ ਗਿਆ ਪੈਸੇ ਮੇਰੇ ਪਾਸ ਤਾਂ ਨਹੀਂ ਹੈ ਤੁਹਾਡੇ ਕੋਲ ਨਹੀਂ ਹੈਗੇ ਤੇ ਮੀਆਂ ਸਾਹਿਬ ਹੀ ਲੈ ਗਏ ਨਾ ਇਹੋ ਹੀ ਦੋ ਪਾਰਟੀਆਂ ਨੇ ਜਿਹੜੀਆਂ 40 ਸਾਲ ਤੋਂ ਮੁਸੱਲਤ ਨੇ ਖਾਨ ਤਾਂ ਨਹੀਂ ਤਿੰਨ ਤਾਂ ਹੁਣ ਆਈਆਂ ਚਾਰ ਉਹ ਵੀ ਨਿਕਲੇ ਹੀ ਨਿਕਲੇ ਆ ਯਕੀਨ ਕਰੋ ਹਾਂ ਵੀ ਨਿਕਲੇ ਹੀ ਨਿਕਲੇ ਆ ਕਿਸੇ ਉਹ ਸਾਰੀ ਕਬੀਨਾ ਇੱਧਰ ਦੇ ਉੱਧਰ ਉੱਧਰ ਦੇ ਇੱਧਰ ਸਾਰੇ ਸਮਝਿਓ ਉਹੀ ਚੋਰ ਹੈ ਇੱਧਰ ਉਹੀ ਡਾਕੂ ਹੈ ਇੱਧਰ ਕਿਹੜੇ ਸਨ ਹੋਰ ਬੰਦੇ ਬਿਲਕੁਲ ਠੀਕ ਪੀਟੀਆਈ ਦੇ ਨਾਲ ਕੌਣ ਆਇਆ ਪੀਪਲ ਪਾਰਟੀ ਜੋ ਨੂਨ ਲੀਗ ਜੋ ਟੁੱਟ ਗਏ ਉਹੀ ਲੋਕ ਸਨ ਬਿਲਕੁਲ ਸਮਝਿਓ ਹਾਂ ਸਾਹਿਬ ਕੱਲੇ ਉੱਤੇ ਕੀ ਕੀਤਾ ਉਹਨੇ ਲੁੱਟ ਕੇ ਉਹ ਕਿੱਡੇ ਕੀ ਘਟਿਆ ਹਰਕਤ ਕੀਤੀ ਹੈ ਉਸ ਬੰਦੇ ਮੈਂ ਪੀਟੀਆਈ ਦਾ ਬੜਾ ਵੱਡਾ ਸਪੋਰਟਰ ਹਾਂ ਤੋਂ ਦਾ ਯਾਨੀ ਕਿ ਤੁਹਾਡੇ ਦੇ ਸਾਈਡ ਤੇ ਕੱਲੀ ਜੀ ਕਿ ਮੁਹਾਲਫਤਾਂ ਲਿਤੀਆਂ ਨੂਨ ਲੀਗ ਵਾਲਿਆਂ ਦੇ ਨਾਲ ਗੜ ਹੈ ਨਾ ਨੂਨ ਲੀਗ ਗੜ ਨੂਨ ਲੀਗ ਦਾ ਮੁਹਾਲਫਤਾਂ ਲਿਤੀਆਂ ਦੰਦੇ ਕੀ ਕੀਤਾ ਉਹਨੇ ਕਿੱਡੀ ਘਟਿਆ ਹਰਕਤ ਕੀਤੀ ਆ ਉਹ ਤੰਦੇ ਅੱਲਾ ਨੇ ਇੰਨਾ ਨਵਾਜ਼ਿਆ ਘੜੀ ਵੇਚ ਦਿੱਤੀ ਵੀ ਯਾਰ ਗਿਫਟ ਐਡਾ ਵੱਡਾ ਐਡਾ ਵੱਡਾ ਗਿਫਟ ਜਿਹੜਾ ਦੁਨੀਆ ਸਿਰਫ ਤੇਰੇ ਕੋਲ ਹੀ ਸੀ ਉਹ ਇੱਕੋ ਹੀ ਬਣਿਆ ਇੱਕੋ ਹੀ ਬੰਨਾ ਸੀ ਉਹ ਤੇ ਉਹ ਤੇਰੇ ਕੋਲ ਸੀ ਤੂੰ ਕੀ ਕੀਤਾ ਉਹਨੂੰ ਵੇਚ ਕੇ ਕੀ ਕਰਨਾ ਸੀ ਤੰਦੇ ਅੱਲਾ ਨੇ ਵੈਸੇ ਹੀ ਇੰਨਾ ਨਵਾਜ਼ਿਆ ਸੀ ਯਾਰ ਸਮਝਿਓ ਤੂੰ ਤੇ ਵੈਸੇ ਹੀ ਹਰ ਬਾਰ ਪਿਆ ਤੇਰੇ ਕੋਲ ਲੈਣੀਆਂ ਮਸ਼ੀਨਾਂ ਤੇਰੀਆਂ ਏਟੀਐਮ ਸਮਝਿਓ ਕਿੱਥੇ ਗਏ ਉਹ ਸਾਰੇ ਜੰਗੀਰ ਤਰੀਨ ਤੇ ਉਹਨਾਂ ਨੇ ਕੀ ਕੀਤਾ ਯਾਰ ਏਟੀਐਮ ਵਗੈਰਾ ਪਹਿਲੇ ਨਹੀਂ ਆਪਕੋ ਪਤਾ ਚੱਲਦਾ ਯਾਰ ਵੀ ਸਾਨੂੰ ਨਹੀਂ ਸੀ ਪਤਾ ਹੈਗਾ ਆਈ ਹੋਪ ਸੀ ਇੱਕ ਸਾਰੇ ਜਨਰੇਸ਼ਨ ਦੀ ਵੀ ਹੋਪ ਸੀ ਮੇਰੀ ਤਾਂ 54 ਸਾਲ ਉਮਰ ਹੋ ਗਈ ਮੈਂ ਬੱਚੇ ਪੜਾ ਰਿਹਾ ਉਹ ਨਹਾਇਤ ਮੁਸ਼ਕਲ ਹੈ ਸਰਵਾਈਵ ਕਰਨਾ ਇਹ ਕੰਮ ਕਰ ਗਿਆ ਯਾ ਦੇਖ ਯਕੀਨ ਕਰ ਨਹਾਇਤ ਮੁਸ਼ਕਲ ਮੈਂ ਲੱਖ ਰੁਪਏ ਵੀ ਮਹੀਨਾ ਕਮਾ ਰਿਹਾ ਨਹੀਂ ਸਰਵਾਈਵ ਹੋ ਰਿਹਾ ਨਹੀਂ ਹੁੰਦਾ ਮੇਰਾ ਇੱਕ ਬੇਟਾ ਐਮਬੀਏ ਕਰ ਰਿਹਾ ਬੇਟੀ ਬੀਬੀਏ ਕਰ ਰਹੀ ਨਹੀਂ ਕਸਮ ਖੁਦਾ ਦੀ ਹਾਂਜੀ ਬਿੱਲ ਆ ਰਿਹਾ ਹੈ ਕੀ ਕੀਤਾ 16 ਮਹੀਨੇ ਆ ਚੰਨਾ ਨੇ ਆ ਕੇ ਤੁਸੀਂ ਕਿਉਂ ਲਿਤੀ ਵੀ ਗਵਰਨਮੈਂਟ ਕਿੰਨੇ ਕਹਿ ਲਵੋ ਮੂੰਹ ਕਾਲਾ ਕਰਨਾ ਸੀ ਨਾ ਉਹ ਯਾਰ ਮਰੀਆਂ ਬੀਬੀ ਦੇਖ ਸਾਰਾ ਦਿਨ ਉੜ ਕੇ ਝੂਠ ਬੋਲਦੀ ਸਾਰਾ ਦਿਨ ਕੀ ਕਰਦੀ ਏ ਇੰਨਾ ਸ਼ਰਮ ਨਹੀਂ ਆਉਂਦੀ ਝੂਠ ਬੋਲਣ ਦਾ ਲਾਵਾ ਕੰਮ ਵੀ ਕੋਈ ਨਹੀਂ ਆਕਾ ਸਲਾਤੋ ਸਲਾਮ ਫਰਮਾਉਂਦੇ ਸਨ ਹਦੀਸ ਮੁਬਾਰਕ ਕਿ ਮੇਰਾ ਉਮਤੀ ਸਾਰਾ ਕੁਝ ਕਰ ਲੇਗਾ ਝੂਠ ਨਹੀਂ ਬੋਲੇਗਾ ਹਦੀਸ ਮੁਬਾਰਕ ਆਕਾ ਸਲਾਤੋ ਸਲਾਮ ਦੀ ਤੇ ਸਾਰੇ ਸਾਰਾ ਦਿਨ ਝੂਠ ਬੋਲਦੇ ਨੇ ਉਸ ਜਵੇਲ ਲਤੀਫ ਜਿਨ੍ਹਾਂ ਨੂੰ ਲੀਗ ਵਾਲੇ ਪੀਟੀਆਈ ਵਾਲੇ ਪੀਪਲ ਪਾਰਟੀ ਸਾਰਾ ਦਿਨ ਝੂਠ ਬੋਲਦੇ ਨੇ ਇਸ ਆਵਾਮ ਨੂੰ ਬੇਵਕੂਫ ਬਣਾਇਆ ਯਾਰ ਸੋਲੂਸ਼ਨ ਕੀ ਹੈ ਹੱਲ ਹੱਲ ਕੀ ਹੈ ਹੱਲ ਇਹੋ ਹੀ ਹੈਗਾ ਕਿ ਹੁਣ ਹੀ ਕੋ ਹਾਫਜ਼ੇ ਕੁਰਾਨ ਆਏ ਨੇ ਇਹ ਸਾਰਿਆਂ ਨੂੰ ਫੜ ਲੈਣ ਯਕੀਨ ਕਰੋ ਅੰਦਰ ਬਾਦ ਕਸਮੇ ਅੰਦਰ ਫੜ ਲੈਣ ਜਿਵੇਂ ਚਾਈਨਾ ਨੇ ਕੀਤਾ ਸੀ ਨਾ 400 450 ਬੰਦਾ ਫੜ ਕੇ ਤੇ ਪਾਇਆ ਲੰਮੇ ਉਹਨਾਂ ਨੇ ਤੇ ਫਿਰ ਇਹ ਰੂਲੇ ਸਾਰਿਆਂ ਨੇ ਉਹਨੂੰ ਸ਼ਹਾਦੇ ਨੇ ਕੀ ਕੀਤਾ ਸੀ ਸ਼ਹਾਦੇ ਫੜ ਲਈ ਤੇ ਕੈਦ ਕਰਦੇ ਨੇ ਕਿ ਪੈਸੇ ਦੇ ਦਿਓ ਛੱਡ ਦਿੰਦੇ ਆ ਉਹ ਕੌਣ ਕਰੇਗਾ ਚੋਰ ਚੋਰ ਦਾ ਇਤਸਾਬ ਕਿਵੇਂ ਕਰੇਗਾ ਮੈਨੂੰ ਇਹ ਦੱਸੋ ਚੋਰ ਚੋਰ ਦਾ ਇਤਸਾਬ ਤੇ ਕਰ ਹੀ ਨਹੀਂ ਸਕਦਾ ਭੈਣ ਕਾਣੇ ਨੇ ਦੋਵੇਂ ਕਿਵੇਂ ਕਰੇਗਾ ਹਾਂਜੀ ਇਹੋ ਹੀ ਨੇ ਮੈਂ ਪੇੜ ਪਾਰ ਕੇ ਇੱਕ ਸਰਦਾਰੀ ਦੇ ਪੈਸੇ ਲੈ ਆਵਾਂਗਾ ਇਹ ਲਾਹੌਰ ਦੀਆਂ ਸੜਕਾਂ ਤੇ ਘਸੀਟਾਂਗਾ ਉਹ ਇਹ ਸਾਰੇ ਇਕੱਠੇ ਹੋਏ ਨੇ ਯਾਰ ਤੁਸੀਂ ਦੇਖੋ ਆਮ ਕਿ ਸਾਰੀ ਆਵਾਮ ਨੂੰ ਬੇਵਕੂਫ ਬਣਾਇਆ ਘਰ ਸਾਰੇ ਪੇੜ ਇਕੱਠੇ ਹੋਏ ਨੇ 13 ਜਮਾਤਾਂ ਉਹ ਮੌਲਾਨਾ ਸਾਹਿਬ ਨੂੰ ਦੇਖੋ ਉਹ ਜਾ ਕੋ ਦੀਨ ਦੀ ਤਬਲੀਗ ਕਰ ਤੈਨੂੰ ਕੀ ਤੂੰ ਕੀ ਕਰਨਾ ਸਿਆਸਤ ਵਿੱਚ ਤੜਫਦੇ ਪਏ ਸਨ ਸਾਪਾ ਪਿਆ ਸੀ ਜਾਨਾਂ ਨਿਕਲੀਆਂ ਸਾਨੂੰ ਪ੍ਰੋਟੋਕੋਲ ਮਦੇ ਕੁਛ ਨਹੀਂ ਯਾਰ ਅਸੀਂ 82 ਕੀ ਨਾਂ ਯਾਰ ਸ਼ਬਾਜ਼ ਸ਼ਰੀਫ ਨੇ 80-82 ਜਿਹੜੇ ਨੇ ਬਣਾਏ ਇਹਨਾਂ ਨੇ ਵਜ਼ੀਰ ਹਾਂ ਯਾਰ ਜ਼ੁਲਮ ਨਹੀਂ ਤੇ ਹੋਰ ਕੀ ਹੈ ਸਾਡੇ ਨਾਲ ਬਗੈਰ ਮਹਿਕਮੋ ਕੇ ਵਜ਼ੀਰ ਹਾਂਜੀ ਬਗੈਰ ਮਹਿਕਮੋ ਮੋਜਾਂ ਕਰ ਰਹੇ ਨੇ ਦਫ਼ਤਰ ਮਿਲੇ ਨੇ ਏਸੀਆਂ ਵਾਲੀਆਂ ਗੱਡੀਆਂ ਮਿਲੀਆਂ ਪ੍ਰੋਟੋਕੋਲ ਲੈ ਰਹੇ ਨੇ ਯਾਰ ਇਹ ਸ਼ਬਾਜ਼ ਸ਼ਰੀਫ ਕਹਿੰਦਾ ਸੀ ਮੈਂ ਕੱਪੜੇ ਵੇਚ ਕੇ ਆਪਣੇ ਨਾ ਇਹ ਹੁਣ ਕਰਾਂਗਾ ਕਿੱਥੇ ਹੀ ਉਹ ਇੰਗਲੈਂਡ ਹੋ ਕੇ ਨਾ ਇੰਟਰਵਿਊ ਦਿਓ ਕਹਿੰਦਾ ਪਾਕਿਸਤਾਨ ਦੀ ਗੱਲ ਨਾ ਕਰ ਓਏ ਤੂੰ ਪਾਕੀ ਨਹੀਂ ਕਹਿ ਮੈਂ ਪਾਕੀ ਨਹੀਂ ਹੈਗਾ ਹੈ ਉਹ ਤੇਰੇ ਭਤੀਜੇ ਕਹਿੰਦੇ ਨੇ ਅਸੀਂ ਪਾਕੀ ਹੈ ਹੀ ਨਹੀਂ ਅਸੀਂ ਯੂਕੇ ਵਾਲੇ ਆ ਸਮਝਿਓ ਨਸੇ ਨਸੇ ਆਉਂਦੇ ਆ ਬਿਸ਼ਰਮੋ ਪ੍ਰੋਟੋਕੋਲ ਔਰ ਲੋਕਾਂ ਦੇ ਪੈਸੇ ਖੂਨ ਨਿਚੋੜਦੇ ਪਿਓ ਜ਼ੁਲਮ ਕਰਦਾ ਖੀਰ ਕਰ ਦਿੱਤੀ ਹੈ ਭਾਈ ਯਕੀਨ ਕਰੋ ਬੁਰਾ ਹਾਲ ਕਰ ਦਿੱਤਾ ਆਪਨੇ ਇੱਕ ਵਾਦਾ ਮੇਰੇ ਤੇ ਕਰਨਾ ਹਰ ਨਮਾਜ਼ ਕੇ ਬਾਅਦ ਜੀ ਇਸ ਮੁਲਕ ਕੇ ਲਈ ਇਹ ਲੋਕ ਲਈ ਦੁਆ ਕਰ ਔਰ ਉਹਦੀ ਕਰਨੇ ਆ ਭਾਈ ਜ਼ਰੂਰ ਕਰ ਤਮਾਮ ਆਵਾਮ ਲਈ ਕੁੱਲ ਮਖਲੂਕ ਲਈ ਕਰਨੇ ਆ ਥੈਂਕ ਯੂ ਹਾਂ ਜੀ ਕਿਵੇਂ ਖੈਰੀਅਤ ਹੈ ਕਾਹ ਤੇ ਆ ਰਹੇ ਮੈਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆ ਰਹਾ ਮੈਨੇ ਕਹਾ ਅੱਲਾ ਪਾਕ ਰਿਸ ਤੇ ਬਰਕਤ ਦੇ ਆਮੀਨ ਦੁਆ ਕਰ 21 ਕੋ ਮੀਆਂ ਸਾਹਿਬ ਆ ਰਹੇ ਜੀ ਜੀ ਆ ਰਹੇ 21 ਗਾ ਸੁਣ ਰਹੇ ਹੋ ਆ ਰਹੇ ਲੇਕਿਨ ਅਭੀ ਤੱਕ ਯਕੀਨ ਨਹੀਂ ਆ ਰਹਾ ਥੋੜਾ ਜਿਹਾ ਥੋੜਾ ਯਕੀਨ ਇਸ ਲਈ ਨਹੀਂ ਆ ਰਹਾ ਕਿ ਬਾਰ ਬਾਰ ਤੋਂ ਤਰੀਕੇ ਚੇਂਜ ਕੀ ਉਹਨਾਂ ਨੇ
और जज ने जो पुनर्पक्ष दोबारा खोल दिया है कानून के बारे में, हो सकता है पूरा काम चेंज उनका हो जाए, डर जाए, हो सकता है डरने की बात शेर है। नहीं भाई, डरने की बात मैं नहीं कर रहा, एक मैं लीगली बात कर रहा हूँ। हर बंदा अपने दिफा तो करता है ना जी, उनके साथ पूरी एक लीगल टीम है, वो मशवरा करके आएंगे, जब भी आएंगे आएंगे तो हालात में बेहतरी आएगी। हालात में बेहतरी तो अलग लेके आएगा, ये नहीं लेके जी, फिर लोड की सानू गल करके गए ना, मैं उन्होंने गलों से 110% मुत्तफिक सब के सब एक से। आप दूसरी बात करें, मैं भी आपकी चीज दिखाता हूँ, जेब से निकाल के। अब आपको पता पूरे मुल्क में आँखों की बीमारी फैली हुई है, ठीक है ना, ये अपने आप कैमरे की आँख में दिखाएं कि एक ड्रॉप जो मिलता है, एक तो हमें तकलीफ है आँखों की। मैं दवाई देखने चला हूँ कहाँ से, यादगार से क्लिनिक्स पे गया हूँ, मिली गंगाराम से, मिली ब्लैक में। ये हुकूमत है यार, ये वैसे तो नहीं है। ये देखे ना, एक आंख की दवाई ले, ब्लैक में दवाई लेके मैं आ रहा हूँ, सेल में की टिकट है ये यार, ये ऐसे ही जुलम नहीं तो क्या है यार, ये आवाम को बेवकूफ, दवाई मिल ही नहीं रही, अगर मिल भी ब्लैक में मिल रही यार, कोई हाल वाला यार, आंखों में दवाई डालनी, आंख खराब हुई हुई है, डरोड़ा पीटा भी यार, जुलम नहीं यार, ये जुलम बिल्कुल जुलम। हमारे भी इतनी गुजैश ही नहीं, मोटरसाइकिल सेकंड हैंड भी ले लें, ये साइकिल ये भी किस्तों में किसी उधार मांग के पैसे ले, ये खराब होते पेंचर के पैसे जेब में नहीं होते। मियाँ साहब के क्या आएंगे, वो छुट्टियाँ गुजारने में ठंडे पिंड पे गए हुए इंग्लैंड, ठंडे पिंड तो दाड़ी के, हाँ लोग गांव में जाते हैं छुट्टियाँ गुजारने, वो क्या कहते हैं मैं पेंट चला नारोवाल, कोई कहता कितने चला, वो गए ठंडे पिंड इंग्लैंड गए ना छुट्टियाँ गुजार सारे गए ने। और बाद जरदारी साहब कहने दुबई पेंट अपने, असि लाहौरिए थे इन्हें बस उड़की आन नाम सारे कोई नहीं फर्क पैंता, असं मजदूरी करके काम तो आने सुबह चाहिए, अक्सर लोग मैंने देखते लंघ दसो मैं रात में आईदा, अल्लाह पाक आपकी मुश्किल है आसान करे, हम सबकी मुश्किल है, लेकिन इनकी भी मुश्किल, इनकी भी दुआ करें, इनको हिदायत में साइन करो, मैं तो बढ़िया करता जब इन्होंने दुआओं दोगे ना हिदायत मिल दे यार, ए खाली सड़का सुड़का ना पेट नहीं भरता। मैं हमेशा कहता हूँ मियाँ साहब ठीक काम की है, हमारा वोट उनके लिए है, वोट दिए अच्छी बात है, ये हल्का उनका घर है, लेकिन मियाँ साहब को पैगाम आ रहा है ये है कि आपने पुल बनाए, सड़कें बनाए, ये वाकई वाम की जरूरत है, कि सबसे पहले कि बिजली का मसला हल करते हैं, मुआशत भैया चलता, घर घर में इंडस्ट्री चलती, लोगों को रोजगार मिलता, आटा सस्ता करते, चीनी सस्ती करते, क्या समझे, तो ये चीज़ें पहले जरूरी थी, वो भी काम जरूरी है, ट्रैफिक के मसाइल हैं लेकिन वो काम जरूरी थे, रोटी सबसे ज़्यादा जरूरी, रोटी जरूरी देखा, आटा नहीं मिल रहा, मैं उधर आटा लेने गया हूँ जो शोर पे स्टेशन पे गया हूँ, कूपर रोड पे गया हूँ, मलक पारा गया हूँ, आटा ही नहीं दे रहे, लाइन लगी आटा ही नहीं, ब्लैक में यार आटा ही नहीं मिल रहा यार, आप क्या मैं 1500 का साड़ा लेके आऊँ जाके, मेरी गुजारिश ही नहीं है, अब 15-20 हज़ार दिहाड़ी कैसे गुजारा करेगा यार, मुझे बताया, अब मियाँ साहब ने आगे जादू छिड़ी फेर देनी आके, अब वो कहने चीनी सस्ती करनी, इसका इट्स मीन कि चीनी की मिलें इनकी अपनी है, चीनी सस्ती कर रहे हैं, आटे की मिलें इनकी अपनी, चीनी आटा का सस्ता कर देंगे, नंबर वोट लेने के बाद फिर महंगी हो जाएंगी, ऐसा ही ये पॉलिसी बयान है इनके। थैंक यू वेरी मच।